ਜੋ ਮਨਪ੍ਰੀਤ ਬਾਦਲ ਦਾ ਧੜਾ ਸੀ ਜੀ ਬਠਿੰਡਾ ਦੇ ਵਿੱਚ, ਉਹ ਮੰਨ ਗਿਆ ਜੀ ਤੁਹਾਡੇ ਨਾਲ ਤੁਰਨ ਲਈ? ਮੈਨੂੰ ਧੜੇ ਬਾਰੇ ਕੁਛ ਨਹੀਂ ਪਤਾ ਜੀ। ਸਿੰਗਲਾ ਸਾਹਿਬ ਨੇ ਚਿੱਠੀ ਇਸ ਕਰਕੇ ਲਿਖੀ ਸੀ ਕਿਉਂਕਿ ਉਹ ਬਿਮਾਰ ਸੀਗੇ ਤੇ ਇੱਥੇ ਆ ਨਹੀਂ ਸੀ ਪਾਏ। ਇਹਨਾਂ ਨੂੰ ਇਹ ਲੱਗਦਾ ਸੀਗਾ ਕਿ ਉਹਨਾਂ ਦੇ ਜਿਹੜੇ ਮਤਲਬ ਮਿਲਣ ਵਾਲੇ ਲੋਕ ਹੋਣਗੇ, ਜੋ ਵੀ ਉਹਨਾਂ ਦੇ ਸਹਿਯੋਗੀ ਸੀਗੇ, ਕਿ ਉਹਨਾਂ ਦੀ ਸਪੋਰਟ ਸਾਨੂੰ ਮਿਲੇ। ਇਸ ਕਰਕੇ ਉਹਨਾਂ ਨੂੰ ਬੇਨਤੀ ਕਰੀ ਸੀਗੀ ਕਿ ਤੁਸੀਂ ਕਿਸੇ ਵੀ ਤਰੀਕੇ, ਚਾਹੇ ਇੱਥੇ ਆ ਕੇ ਚਾਹੇ ਤੁਸੀਂ ਟੈਲੀਫੋਨਿਕਲੀ ਉਹਨਾਂ ਨਾਲ ਸੰਪਰਕ ਕਰਕੇ ਸਾਡਾ ਤਾਲਮੇਲ ਕਰਾਓ। ਬਸ ਇੰਨਾ ਹੀ ਸੀਗਾ, ਹੋਰ ਕੋਈ? ਤੇ ਵੱਡੇ ਮਲੂਕਾ ਸਾਹਿਬ ਕਦੋਂ ਆ ਰਹੇ ਜੀ ਚੋਣ ਮੈਦਾਨ 'ਚ? ਉਹ ਚੋਣ ਮੈਦਾਨ 'ਚ ਹੀ ਹੈ ਜੀ, ਖੁੱਲ੍ਹ ਕੇ। ਇਸ ਕਰਕੇ ਕਿ ਉਮੀਦਵਾਰ ਇਸ ਵਾਰੀ ਮੈਂ ਹਾਂ, ਉਹ ਨਹੀਂ ਹੈਗੇ। ਜਦੋਂ ਉਹ ਉਮੀਦਵਾਰ ਹੁੰਦੇ ਸੀ ਮੈਂ ਨਹੀਂ ਸੀ ਦਿਸਦੀ, ਹੁਣ ਮੈਂ ਉਮੀਦਵਾਰ ਹਾਂ ਉਹ ਨਹੀਂ ਦਿਸਦੇ। ਸਪੋਰਟ ਪੂਰੀ ਹੈ। ਨਹੀਂ, ਘੱਟ ਨਹੀਂ ਲੈ ਰਹੇ ਜੀ, ਪੂਰੀ ਦਿਲਚਸਪੀ ਲੈ ਰਹੇ ਹੈ ਜੀ। ਪੂਰੇ ਨੋਮੀਨੇਸ਼ਨ ਦੇ ਵਿੱਚ ਆਉਣਗੇ ਜਾਂ ਨਹੀਂ, ਉਹਦਾ ਕੋਈ ਫਰਕ ਨਹੀਂ ਪੈਂਦਾ, ਸਪੋਰਟ ਉਹਨਾਂ ਦੀ ਪੂਰੀ ਹੈ ਸਾਰੇ ਵੋਟਰਾਂ ਦੀ। ਮੈਂ ਕਿਤੇ ਆਣੀ ਉਧਰ ਆਈ ਵੀ ਮਲੁਕਾ ਜੀ ਸਾਹਿਬ ਆਣਗੇ। ਹਾਂ, ਫਿਰ ਤੁਸੀਂ ਦੇਖ ਲਿਓ ਜਦੋਂ ਆਉਣਗੇ। ਇੱਕ ਭੈਣ ਦਾ ਤੀਜੀ ਵਾਰ ਤੁਹਾਡੇ ਨਾਲ ਮੁਕਾਬਲਾ, ਪਰਿਵਾਰ ਨਾਲ ਮੁਕਾਬਲਾ, ਜੇ ਮੈਂ ਗੱਲ ਕਰਾਂ ਰਾਮਪੁਰਾ ਸੀਟ, ਫਿਰ ਮੋੜ ਸੀਟ, ਫਿਰ ਬਠਿੰਡੇ ਤੋਂ ਹੁਣ ਫਿਰ ਦੁਬਾਰਾ ਸੀਟ ਤੋਂ ਹੋਣਾ, ਤੀਜੀ ਵਾਰ ਮੁਕਾਬਲਾ ਇੱਕੋ ਸ਼ਖਸ ਦਾ, ਇੱਕੋ ਪਰਿਵਾਰ ਦਾ, ਹੁਣ ਕਿਵੇਂ ਵੇਖਦੇ ਹੋ? ਦੇਖੋ, ਸਭ ਨੇ ਲੜਨਾ ਜੀ। ਇਹ ਤਾਂ ਹਲੇ 4-5 ਜਾਣਿਆਂ ਬਾਰੇ ਪਤਾ, ਹੋ ਸਕਦਾ ਉਮੀਦਵਾਰ ਤਾਂ 12-13-15 ਵੀ ਹੋ ਸਕਦੇ ਆ, ਸੋ ਉਹਨੂੰ ਕੀ ਦੇਖਣਾ। ਅਸੀਂ ਵੱਡੇ ਮਾਰਜਨ ਨਾਲ ਜਿੱਤ ਰਹੇ ਹਾਂ, ਬਾਕੀ ਉਮੀਦਵਾਰਾਂ 'ਤੇ ਮੈਨੂੰ ਕਮੈਂਟ ਕਰਨ ਦੀ ਲੋੜ ਨਹੀਂ, ਅਸੀਂ ਵੱਡੇ ਮਾਰਜਨ ਨਾਲ ਜਿੱਤ ਰਹੇ ਹਾਂ।